ਸਸਿਕਾਲ ਜੀ ਸਾਰਿਆਂ ਨੂੰ ਆਸਾ ਦਾ ਬਾਪ ਲੱਗਿਆ ਮੈਂ ਜੀ ਨਿੱਕੀ ਜੀ ਆਇਆਂ ਨੂੰ ਗੁਰਲਖ ਦੇ ਇਸ ਕਮੰਡ ਵਿੱਚ ਆ ਗਏ ਤੁਹਾਡੀਆਂ ਜਾਨਦਾਰ ਤਾੜੀਆਂ ਦੇ ਨਾਲ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਇਹਨੇ ਬਿਜ਼ੀ ਸ਼ਡਿਊਲ ਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਤਾਂ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਗੁਰਲਖ ਦਾ 51ਵਾਂ ਰਾਤ ਮਤਲਬ ਕਿ ਹੁਣ ਅੱਜ ਤੋਂ ਪਹਿਲਾਂ ਗੁਰਲਖ ਆਪਣੇ 50 ਸ਼ਾਨਦਾਰ ਰਾਤ ਪੂਰੀ ਕਰ ਚੁੱਕੀ ਹੈ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ ਮੈਂ ਕੁਛ ਗੱਲਾਂ ਕਰਵਾ ਤੁਹਾਡੇ ਨਾਲ ਕਿਉਂਕਿ ਆਪਾਂ ਅੱਜ ਗੱਲਾਂ ਬਾਤਾਂ ਕਰਨ ਲਈ ਆਏ ਹਾਂ ਕੋਈ ਕਲਾਸ ਜਾਂ ਕੋਈ ਸੈਮੀਨਾਰ ਅਟੈਂਡ ਕਰਨ ਲਈ ਆਏ ਤੁਸੀਂ ਆਏ ਹੋ ਆਪਣਾ ਟਾਈਮ ਕੱਢ ਕੇ ਤੁਹਾਨੂੰ ਕੁਛ ਨਾ ਕੁਛ ਨੌਲੇਜ ਹੋਵੇ ਕੁਛ ਪਤਾ ਲੱਗੇ ਕਿ ਸਿਸਟਮ ਕੀ ਆ ਇਹਤੋਂ ਕੀ ਫਾਇਦਾ ਹੋ ਸਕਦਾ ਜਾਂ ਜਿਹੜੇ ਸਾਡੇ ਜਿਹੜੇ ਦਿਮਾਗ ਜਾਊ ਚੱਲਦੇ ਹੋ ਜਾਂ ਕਿਤੇ ਨੁਕਸਾਨ ਤਾਂ ਨਹੀਂ ਹੋ ਸਕਦਾ ਉਹ ਅੱਜ ਆਪਾਂ ਕਲੀਅਰ ਕਰਾਂਗੇ ਔਰ ਤਾਂ ਹੀ ਉਹ ਪਾਣੀ ਵਿੱਚ ਅਸੀਂ ਫਿਜ਼ੀਕਲੀ ਤੇ ਮੈਂਟਲੀ ਬਹੁਤ ਇੱਥੇ ਹਾਂ ਤਾਂ ਉਹ ਸਾਡੇ ਲਈ ਮੈਂਟਲੀ ਸਾਨੂੰ ਡਿਸਟਰਬ ਕਰਨ ਦੇ ਲਈ ਸਾਡੇ ਸਾਰਿਆਂ ਦੇ ਕੋਲ ਇੱਕ ਚੀਜ਼ ਹੈ ਹੈਗੀ ਹੈ ਨਾ ਮੋਬਾਈਲ ਫੋਨ ਤਾਂ ਇੱਕ ਰਿਕੁਐਸਟ ਆ ਕਿ ਤੁਹਾਡੇ ਸਾਰਿਆਂ ਨੂੰ ਪਲੀਜ਼ ਵੀ ਆਪਣੇ ਮੋਬਾਈਲ ਫੋਨ ਜਾਂ ਸਾਈਲੈਂਟ ਕਰ ਦਿਓ ਅਗਰ ਫਲਾਈਟ ਮੋਡ ਲਾ ਸਕਦੇ ਹੋ ਤਾਂ ਫਲਾਈਟ ਮੋਡ ਜ਼ਰੂਰ ਲਾਓ ਮੈਂ ਫਿਰ ਕਹਿੰਦਾ ਆਪਾਂ ਗੱਲਾਂ ਬਾਤਾਂ ਕਰਨੀਆਂ ਗੱਲਾਂ ਬਾਤਾਂ ਦੇ ਵਿੱਚ ਸਾਹਮਣੇ ਤੋਂ ਹੰਗਾਰਾ ਆਉਣਾ ਜ਼ਰੂਰੀ ਹੈ ਅਗਰ ਹੰਗਾਰਾ ਨਹੀਂ ਭਰੋਗੇ ਤਾਂ ਮੈਨੂੰ ਕਦੇ ਬੋਲਣਾ ਵੀ ਮੁਸ਼ਕਲ ਹੋਊਗਾ ਤਾਂ ਪਲੀਜ਼ ਯੈਸ ਔਰ ਨੋ ਕਰਦੇ ਰਹੋ ਠੀਕ ਹੈ ਜੀ ਲੱਗਦਾ ਚਾਹ ਹੈ ਤੁਸੀਂ ਕੀਤਾ ਜੀ ਕਿਸ ਮੋਸੇ ਜਾਣਾ ਕਾਲੇ ਮੋਬਾਈਲ ਫੋਨ ਸਾਈਲੈਂਟ ਹੋ ਗਏ ਥੈਂਕ ਯੂ ਜੀ ਤਾਂ ਬੱਚੇ ਤਾਂ ਸਭ ਤੋਂ ਪਹਿਲਾਂ ਧੰਨਵਾਦ ਹੈ ਆਪਣੇ ਕੰਪਨੀ ਮੈਨੇਜਮੈਂਟ ਦਾ ਸਪੈਸ਼ਲੀ ਐਮਡੀ ਸਾਹਿਬ ਦਾ ਜਗਜੀਤ ਸਿੰਘ ਜੱਸਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਲਈ ਇੰਨਾ ਸ਼ਾਨਦਾਰ ਪਲੇਟਫਾਰਮ ਡਿਜ਼ਾਈਨ ਕੀਤਾ ਹੈ ਆਪਣੇ ਸਾਰਿਆਂ ਵੱਲੋਂ ਇੱਕ ਲੈਟਰ ਦੇ ਨਾਲ ਵਾਲਾ ਧੰਨਵਾਦ ਕਰਦਾ ਅੱਜ ਕਿਸੇ ਵਜ੍ਹਾ ਕਰਕੇ ਮੈਨੇਜਮੈਂਟ ਤੇ ਐਮਡੀ ਸਾਹਿਬ ਨਹੀਂ ਪਹੁੰਚ ਪਾਏ ਕਿਉਂਕਿ ਸਡਨਲੀ ਵਾਲੇ ਪਰਿਵਾਰ ਚ ਕੋਈ ਰਿਸ਼ਤੇਦਾਰੀ ਕੋਈ ਡੈਥ ਹੋ ਗਈ ਸੀ ਉਹਦੀ ਵਜ੍ਹਾ ਕਰਕੇ ਅੱਜ ਇੱਥੇ ਮੌਜੂਦ ਨਹੀਂ ਹੈ ਨਹੀਂ ਤੁਹਾਨੂੰ ਪਤਾ ਕਿ ਹਰ ਇੱਕ ਰਾਤ ਦੇ ਮੈਨੇਜਮੈਂਟ ਤੇ ਆਪਣੇ ਐਮਡੀ ਸਾਹਿਬ ਹੁੰਦੇ ਨੇ ਅੱਜ ਉਹਨਾਂ ਦੀ ਪ੍ਰੈਜੈਂਸ ਤੋਂ ਬਿਨਾਂ ਆਪਾਂ ਨੂੰ ਇਹ ਫੰਕਸ਼ਨ ਕਰਨਾ ਪੈ ਰਿਹਾ ਅਸੀਂ ਮਿਸ ਕਰ ਰਹੇ ਹਾਂ ਉਹਨਾਂ ਨੂੰ ਬਟ ਨੈਕਸਟ ਟਾਈਮ ਆਪਾਂ ਫਿਰ ਉਹਨਾਂ ਨੂੰ ਦੀ ਮੌਜੂਦਗੀ ਦੇ ਵਿੱਚ ਦੁਬਾਰਾ ਮਿਲਾਂਗੇ ਅੱਜ ਉਹਨਾਂ ਦੀ ਗਾਈਡੈਂਸ ਦੇ ਅਕੋਰਡਿੰਗ ਆਪਾਂ ਇਹ ਫੰਕਸ਼ਨ ਨੂੰ ਨੇਪਰੇ ਕਰਾਂਗੇ ਤਾਂ ਫੰਕਸ਼ਨ ਗੁਰਲਖ ਦਾ 51ਵਾਂ ਰਾਹ ਹੈ 51ਵਾਂ ਰਾਹ ਆਪਣੇ ਆਪ ਵਿੱਚ ਸ਼ਾਨਦਾਰ ਪ੍ਰਾਪਤੀ ਹੈ ਗੁਰਲਖ ਅਸਲ ਦੇ ਵਿੱਚ ਹੈ ਕੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿੰਨੇ ਬੜੇ ਲੋਕ ਅੱਜ ਨਵੇਂ ਆਏ ਨੇ ਜਿਹੜੇ ਬਿਲਕੁਲ ਨਵੇਂ ਆਏ ਜਿਨ੍ਹਾਂ ਨੂੰ ਗੁਰਲਖ ਬਾਰੇ ਪਤਾ ਹੈ ਜਾਂ ਥੋੜ੍ਹਾ ਬਹੁਤ ਪਤਾ ਹੈ ਕਿੰਨੇ ਦੋਸਤ ਨੇ ਹੱਥ ਖੜੇ ਕਰੋ ਥੈਂਕ ਯੂ ਜੀ ਤਾਂ ਬਹੁਤ ਸਾਰੇ ਦੋਸਤ ਜਿਹੜੇ ਨਵੇਂ ਆਏ ਨੇ ਜਿਸ ਕਿਸੇ ਦੇ ਵੀ ਸੱਦੇ ਤੇ ਆਏ ਹੋ ਤੁਹਾਡਾ ਆਇਆ ਹੋਣ ਦਾ ਟਾਈਮ ਵੇਸਟ ਨਹੀਂ ਜਾਊਗਾ ਇੰਨੀ ਮੇਰੀ ਗਰੰਟੀ ਹੈ ਆਪਣਾ ਦਿਮਾਗ ਇੱਥੇ ਰੱਖਿਓ ਕਿਉਂਕਿ ਇੱਥੋਂ ਬਹੁਤ ਸਾਰੀਆਂ ਅਨਾਊਂਸਮੈਂਟਸ ਇਹੋ ਜਿਹੀਆਂ ਹੋਣੀਆਂ ਜਿਹੜੀਆਂ ਅੱਜ ਤੋਂ ਪਹਿਲਾਂ ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ ਜਾਂ ਵੇਖੀਆਂ ਨਹੀਂ ਹੋਣੀਆਂ ਇਸ ਤਰ੍ਹਾਂ ਵੀ ਆਪਣੇ ਮਾਰਕੀਟ ਦੇ ਵਿੱਚ ਕੋਈ ਕੰਮ ਹੁੰਦਾ ਇਸ ਤਰ੍ਹਾਂ ਵੀ ਕੋਈ ਚੀਜ਼ ਹੁੰਦੀ ਹੈ ਅਸੀਂ ਸਿੱਖੇ ਸਾਡੇ ਦਿਲ ਦਿਮਾਗ ਬਹੁਤ ਸਾਰੀਆਂ ਗਲਤ ਫਹਿਮੀਆਂ ਪਈਆਂ ਹੁੰਦੀਆਂ ਅੱਧੀ ਅਧੂਰੀ ਜਾਣਕਾਰੀ ਅਸੀਂ ਲਈ ਹੁੰਦੀ ਹੈ ਮਾਰਕੀਟ ਦੇ ਵਿੱਚੋਂ ਅਤੇ ਉਹਦੇ ਅੱਧੀ ਜਾਣਕਾਰੀ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ ਤਾਂ ਅੱਜ ਆਪਾਂ ਇੱਕ ਕੰਪਲੀਟ ਜਾਣਕਾਰੀ ਲੈ ਕੇ ਜਾਵਾਂਗੇ ਨੈਟਵਰਕ ਮਾਰਕੀਟਿੰਗ ਪ੍ਰਤੀ ਗੁਰਲਖ ਦੇ ਪ੍ਰਤੀ ਗੁਰਲਖ ਨੈਟਵਰਕ ਮਾਰਕੀਟਿੰਗ ਕੰਸੈਪਟ ਹੈ 13 ਅਪ੍ਰੈਲ 2018 ਨੂੰ ਸਟਾਰਟ ਹੋਇਆ ਨੈਟਵਰਕ ਮਾਰਕੀਟਿੰਗ ਦੇ ਥਰੂ ਅੱਜ ਕਿੰਨੇ ਮੇਰੇ ਦੋਸਤ ਹੈ ਜਿਨ੍ਹਾਂ ਨੂੰ ਨੈਟਵਰਕ ਮਾਰਕੀਟਿੰਗ ਦਾ ਪਤਾ ਹੈ ਨੈਟਵਰਕ ਮਾਰਕੀਟਿੰਗ ਕੀ ਹੁੰਦੀ ਹੈ ਬਹੁਤ ਸਹੀ ਗੱਲ ਹੈ ਅੱਜ ਲੋਕ ਅਵੇਅਰ ਹੋ ਰਹੇ ਹਨ ਪਰ ਕੁਛ ਟਾਈਮ ਪਹਿਲਾਂ ਲੋਕ ਸਿਰਫ ਉਹਨੂੰ ਕੰਪਨੀ ਦੇ ਨਾਮ ਤੋਂ ਡਰ ਜਾਂਦੇ ਸੀ ਨੈਟਵਰਕ ਮਾਰਕੀਟਿੰਗ ਦਾ ਉਹਨੂੰ ਪੂਰਾ ਉਹਨਾਂ ਨੂੰ ਨਹੀਂ ਪਤਾ ਸੀ ਪਰ ਕੰਪਨੀ ਦੇ ਨਾਮ ਤੋਂ ਲੋਕ ਬਹੁਤ ਡਰਦੇ ਸੀ ਕੰਪਨੀ ਦੇ ਨਾਮ ਵੀ ਡਰਦੇ ਸੀ ਤੋਂ ਮੰਨ ਜਾਂਦੇ ਆ ਡਰਦੇ ਆ ਕਿਉਂ ਡਰਦੇ ਆ ਕੰਪਨੀ ਭੂਤ ਹੁੰਦੀ ਹੈ ਫਿਰ ਕਿਉਂ ਡਰਦੇ ਆ ਕਿਉਂਕਿ ਕੰਪਨੀਆਂ ਨੇ ਲੋਕਾਂ ਨਾਲ ਗਲਤ ਕੀਤਾ ਪਰ ਸਾਰੀਆਂ ਨੇ ਗਲਤ ਕੀਤਾ ਨਹੀਂ ਜਿਵੇਂ ਸਮਾਜ ਦੇ ਵਿੱਚ ਚੰਗੇ ਤੇ ਮਾੜੇ ਕਿਰਦਾਰ ਦੇ ਲੋਕ ਹੁੰਦੇ ਆ ਜਿਵੇਂ ਹਰ ਡਿਪਾਰਟਮੈਂਟ ਵਿੱਚ ਕੁਛ ਚੰਗੇ ਕੁਛ ਮਾੜੇ ਲੋਕ ਹੁੰਦੇ ਆ ਉਸੇ ਤਰ੍ਹਾਂ ਦੇ ਬਸ ਮਾਰਕੀਟਿੰਗ ਕਨਸੈਪਟ ਦੇ ਵਿੱਚ
ਚੰਗੀਆਂ ਤੇ ਮਾੜੀਆਂ ਕੰਪਨੀਆਂ ਕੁਛ ਇੱਕ ਮਾੜੀਆਂ ਕੰਪਨੀਆਂ ਦੇ ਲੋਕਾਂ ਨੇ ਕੁਛ ਸੋਹਣੇ ਦੇ ਆਪੇ ਦਿੱਤੇ ਜਿਹਦਾ ਕਰਕੇ ਲੋਕ ਅੱਜ ਚੰਗੀਆਂ ਤੇ ਵੀ ਵਿਸ਼ਵਾਸ ਕਰਨ ਡਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਲੋਕ ਵਿਸ਼ਵਾਸ ਹੀ ਨਹੀਂ ਕਰਦੇ ਅਗਰ ਲੋਕਾਂ ਨੇ ਵਿਸ਼ਵਾਸ ਨਾ ਕੀਤਾ ਹੁੰਦਾ ਤਾਂ ਉਹਦਾ ਕਦੇ ਆਪਣੇ ਸ਼ਾਨਦਾਰ ਵਿਆਹ ਕਰਾ ਕਦੇ ਨਾ ਹੋਏ ਚੁੱਕੇ ਹੁੰਦੇ ਕੀ ਹੋ ਜਾਂਦੇ ਸੀ ਤੁਸੀਂ ਵੀ ਅੱਜ ਕਿਸੇ ਵਿਸ਼ਵਾਸ ਦੇ ਟਾਈਮ ਦੇ ਉੱਤੇ ਬੈਠੇ ਹੋ ਤੇ ਗੁਰਦੁਆਰੇ ਨੇ ਵੀ ਆਪਣੇ ਸ਼ਾਨਦਾਰ ਪਿਆਰ ਕਰਾ ਇਸੇ ਵਿਸ਼ਵਾਸ ਦੇ ਤਹਿਤ ਪੂਰੇ ਕੀਤੇ ਆ ਕਦੀ ਗੁਰਦੁਆਰੇ ਨਹੀਂ ਗੁਰਦੁਆਰੇ ਤੋਂ ਬਿਨਾਂ ਵੀ ਹੋਰ ਕਿਤੇ ਨੇ ਜਿਹੜਾ ਮੰਨ ਕੇ ਜੋ ਸਿਰ ਚੱਲਦੇ ਪਏ ਆ ਉਹ ਸਾਰੇ ਇਸੇ ਵਿਸ਼ਵਾਸ ਦੇ ਤਹਿਤ ਚੱਲਦੇ ਪਏ ਆ ਪਰ ਕੋਸ਼ਿਸ਼ ਲੋਕਾਂ ਦੇ ਗਲਤ ਹੋਣ ਨਾਲ ਕੋਈ ਕਿੱਤਾ ਬਿਲਕੁਲ ਵੀ ਗਲਤ ਨਹੀਂ ਹੋ ਜਾਂਦਾ ਹਾਂ ਤੁਹਾਨੂੰ ਸਮਝਣਾ ਪੈਂਦਾ ਉਹਦੇ ਵਿਚਲੇ ਨਿੱਕੇ ਨਿੱਕੇ ਫਰਜ਼ ਨਿੱਕੀਆਂ ਨਿੱਕੀਆਂ ਢੋਡੀਆਂ ਜਿਹਦਾ ਕਰਕੇ ਕਈ ਵਾਰ ਅਸੀਂ ਲੋਕ ਬਿਨਾਂ ਜਾਣਕਾਰੀ ਤੋਂ ਨੁਕਸਾਨ ਖਾਏ ਨੇ ਦਸ ਗੁਰਦਾਸ ਆਪਣਾ ਇੱਕ ਪੰਜਵਾਂ ਡਰਾ ਬਹੁਤ ਸ਼ਾਨਦਾਰ ਤਰੀਕੇ ਨਾਲ ਕੱਢਣ ਜਾ ਰਹੀ ਹੈ ਅਸਲ ਦੇ ਵਿੱਚ ਗੁਰਦਾਸ ਤਾਜ਼ੀ ਹੀ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਗੁਰਦਾਸ ਕੰਸੈਪਟ ਹੈ ਕੀ ਹੈ ਗੁਰਦਾਸ ਕੰਸੈਪਟ ਨੈਟਵਰਕ ਮਾਰਕੀਟਿੰਗ ਦਾ ਜਿਸ ਦੇ ਵਿੱਚ ਅਸੀਂ ਪ੍ਰੋਡਕਟ ਦੇ ਵਿੱਚ ਸੀ ਕਰ ਰਹੇ ਹਾਂ ਮੈਂ ਤੇ ਖੁਦ ਹੀ ਜਿਹੜੇ ਹੈ ਸਾਡੇ ਟਾਈਅਰ ਪ੍ਰੋਡਕਟਸ ਆ ਬਟ ਪ੍ਰੋਡਕਟ ਹੈ ਜਿਹੜੇ ਆ ਅਸੀਂ ਲੋਕਾਂ ਦੀ ਲੋੜ ਤੇ ਕੰਮ ਕਰਦੇ ਹਾਂ ਲੋਕਾਂ ਦੀ ਲੋੜ ਕੀ ਹੈ ਫਰਨੀਚਰ ਇਲੈਕਟ੍ਰੋਨਿਕਸ ਹਰ ਘਰ ਦੀ ਲੋੜ ਦਾ ਪ੍ਰੋਡਕਟ ਹੈ ਜਾਂ ਨਹੀਂ ਹੈ ਹਾਂਜੀ ਤਾਂ ਹਰ ਘਰ ਦੀ ਲੋੜ ਦਾ ਪ੍ਰੋਡਕਟ ਹੈ ਅਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਹਰ ਘਰ ਦੇ ਵਿੱਚ ਲਿਆਉਂਦਾ ਜਾਂਦਾ ਤਾਂ ਅੱਜ ਇਹ ਵੀ ਫਰਕ ਸਮਝਣਾ ਉਸ ਮਾਰਕੀਟ ਦੇ ਵਿੱਚੋਂ ਲੈਂਦੇ ਹੋਏ ਪ੍ਰੋਡਕਟ ਦਾ ਤੇ ਉਹਦਾ ਤੋਂ ਲੈ ਪ੍ਰੋਡਕਟ ਦਾ ਸਾਨੂੰ ਕੀ ਬੈਨੀਫਿਟ ਹੋ ਸਕਦਾ ਕੀ ਫਾਇਦਾ ਅਗਰ ਤੁਹਾਨੂੰ ਇਹ ਫਰਕ ਸਮਝ ਆ ਗਿਆ ਤਾਂ ਮੈਂ 100% ਦਾਅਵਾ ਕਰਦਾ ਕਿ ਤੁਸੀਂ ਅੱਗੇ ਤੋਂ ਉਸ ਮਾਰਕੀਟ ਦੀ ਲੈ ਇਹ ਪ੍ਰੋਡਕਟ ਗੁਰਦਾਸ ਤੋਂ ਲੈਣਾ ਪਸੰਦ ਕਰੋਗੇ ਗੁਰਦਾਸ ਡੀਲ ਕਰਦੀ ਹੈ ਫਰਨੀਚਰ ਤੇ ਇਲੈਕਟ੍ਰੋਨਿਕਸ ਦੇ ਪ੍ਰੋਡਕਟਸ ਦੇ ਵਿੱਚ ਅਸੀਂ ਬਾਹਰ ਮਾਰਕੀਟ ਦੇ ਵਿੱਚ ਪ੍ਰੋਡਕਟ ਲੈ ਜਾਂਦੇ ਹਾਂ ਕੋਈ ਫਰੈਸ਼ ਟੀਵੀ ਕੋਈ ਕੁਛ ਵੀ ਲੈ ਕੇ ਆਉਣਾ ਕਿਸ ਤਰੀਕੇ ਮਿਲਦਾ ਸਾਨੂੰ ਪ੍ਰੋਡਕਟ ਕੈਸ਼ ਜਾਂ ਇੰਸਟਾਲਮੈਂਟ ਕਿਸ ਤੁਹਾਨੂੰ ਅੱਜ ਕਿਹਨੂੰ ਕਿਹਨੂੰ ਚਾਹੇ ਤੇ ਮੇਰਾ ਬਾਹਰ ਨਿਕਲ ਸਕਦਾ ਆਪਣੇ ਆਪਣੇ ਲਈ ਜ਼ੋਰਦਾਰ ਤਾਲੀ ਮਾਰਦੇ ਰਹੋ ਲੋਕਾਂ ਨੂੰ ਤਾਂ ਕੀ ਮਿਲਦਾ ਤੁਹਾਨੂੰ ਜਾਣੀ ਤਾਂ ਨਿਕਲ ਆਇਆ ਸਹੀ ਗੱਲ ਹੈ ਆਪਾਂ ਗੱਲ ਕਰਦੇ ਸੀ ਗੁਰਦਾਸ ਡੀਲ ਕਰਦੀ ਹੈ ਦੋ ਤਰ੍ਹਾਂ ਦੇ ਪ੍ਰੋਡਕਟਸ ਦੇ ਵਿੱਚ ਤੁਸੀਂ ਇਹ ਪ੍ਰੋਡਕਟ ਬਾਹਰ ਮਾਰਕੀਟ ਦੇ ਵਿੱਚੋਂ ਵੀ ਲੈ ਕੇ ਆਉਂਦੇ ਆ ਪਰ ਉੱਥੋਂ ਲੈਣ ਦੀ ਬਜਾਏ ਇੱਥੇ ਕੀ ਫਰਕ ਹੈ ਉੱਥੇ ਅਸੀਂ ਪੈਸੇ ਦਿੱਤੇ ਸਮਾਨ ਲੈਣ ਦਾ ਕਹਾਣੀ ਖਤਮ ਸਾਨੂੰ ਦੁਕਾਨਦਾਰ ਦੀ ਡੀਲ ਵਧੀਆ ਲੱਗੀ ਸਾਨੂੰ ਪ੍ਰੋਡਕਟ ਵਧੀਆ ਲੱਗਿਆ ਅਸੀਂ ਦੁਕਾਨ ਤੇ ਦਸ ਗਾਹਕ ਭੇਜੀਏ ਸਾਡਾ ਕੋਈ ਫਾਇਦਾ ਹੈ ਅੱਜ ਤੱਕ ਅਸੀਂ ਕਿਸੇ ਦੁਕਾਨ ਤੋਂ ਲੱਖਾਂ ਦਾ ਪ੍ਰੋਡਕਟ ਲਿਆਂਦਾ ਹੋ ਸਾਨੂੰ ਕਦੇ ਰੁਪਈਏ ਦਾ ਬੈਨੀਫਿਟ ਹੋਇਆ ਨੋ ਸਰ ਸੈਕਿੰਡ ਆਪਸ਼ਨ ਕੀ ਆ ਤੋਂ ਇੰਸਟਾਲਮੈਂਟ ਤੇ ਪ੍ਰੋਡਕਟ ਮਿਲ ਜਾਂਦਾ ਇੰਸਟਾਲਮੈਂਟ ਤੇ ਪ੍ਰੋਡਕਟ ਲੈਣ ਦੇ ਲਈ ਪਹਿਲਾਂ ਜਿੰਨੇ ਦਾ ਪ੍ਰੋਡਕਟ ਆ ਉਹਦੀ ਇਜਾਜ਼ਤ ਦਾ ਡਾਊਨ ਪੇਮੈਂਟ ਦੇਣੀ ਪੈਂਦੀ ਆ ਯੈਸ ਆਰ ਨੋ ਯੈਸ ਸਰ ਉਸ ਤੋਂ ਬਾਅਦ ਉਹ ਕੈਂਸਲ ਚੈੱਕ ਦੇਣੇ ਪੈਂਦੇ ਆ ਯੈਸ ਸਰ ਪਾਣੀ ਦੇ ਵੀ ਆਦਮੀ ਨੇ ਕੈਸ ਹੈ ਕੈਸ ਟੁੱਟ ਗਈ ਜਾਂ ਲੇਟ ਹੋ ਗਈ ਪਾਣੀ ਲੱਗਦੀ ਆ ਨਹੀਂ ਲੱਗਦੀ ਲੱਗਦੀ ਆ ਜੀ ਲੋਕ ਪਾਣੀਆਂ ਭਰਦੇ ਸੀ ਨਹੀਂ ਭਰਦੇ ਯੈਸ ਸਰ ਲੋਕ ਪਾਣੀਆਂ ਵੀ ਭਰਦੇ ਆ ਕਿਉਂ ਭਰਦੀਆਂ ਪੈ ਰਹੀਆਂ ਕੈਸ਼ ਪ੍ਰੋਡਕਟ ਲੈਣ ਦੀ ਹੈ ਕਿਤੇ ਨਾ ਕਿਤੇ ਗੁੰਜਾਇਸ਼ ਹੀ ਹੈ ਜੀ ਕਿਸ਼ਤਾਂ ਤੇ ਲੈਣਾ ਪੈਗਾ ਕਿਸ਼ਤ ਵੀ ਨਹੀਂ ਭਰੀ ਜਾਂਦੀ ਫਿਰ ਪਲਾਨੀ ਪੈਂਦੀ ਆ ਐਂਡ ਤੇ ਜਾ ਕੇ ਰਹਿਣਾ ਫਿਰ ਪ੍ਰੋਡਕਟ ਹੀ ਉਸ ਤੋਂ ਬਾਅਦ ਕੋਈ ਫਾਇਦਾ ਹੈ ਹੁਣ ਉਹ ਤੋਂ ਬਿਨਾਂ ਜਿਹੜੇ ਫਾਇਦੇ ਗੁਰਦਾਸ ਤੋਂ ਹੋਣੇ ਆ ਉਹ ਦੱਸੂਗਾ ਤੁਹਾਨੂੰ ਅਗਰ ਤੁਹਾਨੂੰ ਲੱਗਿਆ ਕਿ ਬੈਨੀਫਿਟ ਦੀ ਗੱਲ ਹੈ ਤਾਂ ਤੁਸੀਂ 100% ਸਾਡੇ ਨਾਲ ਗੁਰਦਾਸ ਦੇ ਵਿੱਚੋਂ ਵੀ ਪ੍ਰੋਡਕਟ ਬਣੂਗਾ ਤੁਹਾਨੂੰ ਤੁਹਾਡੀ ਪਸੰਦ ਦਾ ਪ੍ਰੋਡਕਟ ਮਿਲੂਗਾ ਬਟ ਇਹਦਾ ਪ੍ਰੋਡਕਟ ਲੈਣ ਦਾ ਤਰੀਕੇ ਫਰਕ ਹੈ ਗੁਰਦਾਸ ਨੂੰ ਤੁਸੀਂ ਜੁਆਇਨ ਕਰਦੇ ਹੋ ਜਾਂ ਸਟਾਰਟ ਕਰਦੇ ਹੋ 1100 ਰੁਪਏ ਪ੍ਰਤੀ ਮਹੀਨਾ ਕਿਸ਼ਤ ਦੇਣਾ 1100 ਰੁਪਏ ਪ੍ਰਤੀ ਮਹੀਨਾ ਅਸੀਂ ਕਿਸ਼ਤ ਪਾਉਣਾ ਸ਼ੁਰੂ ਕਰਦੇ ਹਾਂ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਜਾਣ ਤਾਂ ਤੁਹਾਨੂੰ ਆਪਣੀ ਕਿਸਮਤ ਦਾ ਜਮਾਉਂਗਾ ਦੁਕਾਨ ਤੋਂ ਕਦੇ ਮਿਲਿਆ ਸੀ ਦੁਕਾਨ ਤੋਂ ਕਦੇ ਕਿਸਮਤ ਦਾ ਜਮਾਉਣ ਦਾ ਕੋਈ ਚਾਂਸ ਮਿਲਿਆ ਤੁਹਾਨੂੰ ਨੋ ਸਰ ਕਦੇ ਮਿਲਣ ਦੀ ਆਸ ਹੈ ਗੁਰਦਾਸ ਪਹਿਲੇ ਦਿਨ ਤੋਂ ਮਿਲਦਾ ਯੈਸ ਸਰ ਗੁਰਦਾਸ ਪਹਿਲੇ ਦਿਨ ਤੋਂ ਤੁਹਾਨੂੰ ਚਾਂਸ ਮਿਲਦਾ ਕਿਸਮਤ ਦਾ
सारे के सारे अपने राजगुरु के पे हैं, सारे ने बैठे हुए हैं, कोई शक सवाल नहीं है। अज तो अभी देखोगे कि राग कटते किए हैं, जेडे लोग नवे आए हैं उन्होंने भी शक डाउट दूर हो गए। तो गुरु का कारण भी लकी राग कटिए लकी राग तेन पाई जा तिना पाई जा तो अपना नाम जितने के दावेदार बन जाने जो स्टार्टिंग कर रहे हो। पहला पहला हो गया तुम किस्मत का जमा सकते हो 1100 रुपए प्रति महीना किस्त भरनी है, टोटल 15 किस्तों भरनी है। फिर मार्केट के किस्त टूटी थी 20 लाख की थी, इतने किस्त टूटी या लेट होगी कोई जुर्माना नहीं है, सिर्फ उस महीने तुम्हारी डाक पाती नहीं पड़े, कोई नुकसान है तुम्हारा? नो सर। हम तुम जी किस्त डरा दे गया किस्त बंद है नुकसान हो गया? नो सर। फायदा हो गया? मैं कह नहीं नहीं है फायदा हो गया। हम ड्रा नहीं ड्रा निकले गए 15 ड्रा निकले साढ़ा प्राइस नहीं निकलिया, 15 किस्तों पूरी हो गया, 16,500 कंपनी वाल चलिया गया, बदले सामू एंड से 12,000 ने प्रोडक्ट लिस्ट का तुम्हारी पसंद का प्रोडक्ट तुम मिल जाना। हम भी इंसान हो गया तुम्हारा? नो सर। हम इतने दो काम हो गया, कंपनी प्रोडक्ट माड़ा ना दिंदी हो गई, ये डाउन जाएगा हर एक का जाएगा, 16,500 के बदले की सामू क्वालिटी प्रोडक्ट मिलेगा। पर यहाँ मैं सवाल करूंगा कि अगर क्वालिटी प्रोडक्ट ना देता होता कि गुड़ा 50 शानदार ड्रा पूरे कर दी? नो सर। हूँ तो हमें जवाब मिल ही गया होना कि क्वालिटी की चीज करते हैं ता करके ही अज इतने तुम्हारे सामने है। क्वालिटी प्रोडक्ट एंड से मिल जाना ड्रा नहीं लगे प्रोडक्ट का फिर भी साड़ी सेविंग होगी बंदे के नाल 40 रुपए डेली से कटिए 1200 महीने का बनता है फिर 1100 पाना जो शायद अभी चलती रूटीन के सेविंग नहीं कर पाते बंदे के नाल सेविंग होगी। पहला फायदा किस्म से कमा सकते हैं, दूजा फायदा सेविंग हो सकती है, तीजा सब तो बड़ा फायदा इनू एज ए इनकम सोर्स भी तुम कर सकते हो, ये तो एक इनकम भी जनरेट की जा सकती है, ये तो चार पैसे भी कमाए जा सकते हैं। हम पैसा कमाना चाहते हैं? यस सर। लगता सारे नहीं हो के डालता है यस सर वो के बापू का पैसे अपने को जी चलती है कुलदीप सिंह सारपुरा सुप्रीत 89 परमजीत 408 परमजीत 408 खुशप्रीत कौर भुपिंदर कौर सरजीत कौर सुखबीर सिंह प्रीतम सिंह
सिंह, अमरजीत सिंह, हरसिंदर कौर, हरकीरत कौर। कर चुके हैं तो जो तालियां मैं बुलाना चाहूंगा नैक्सट लैवल अचीवमेंट उस नैक्सट लैवल है जी प्रॉन्ज लैवल 5000 और बेसिक लैवल जितने 5000 का चैक क्लीयर होगा तो इस रिवार्ड देने के लिए मैसेज से सब तो पहला साढ़े लीडर्स इनवाइट करना चाहूंगा मैडम किरणजीत कौर कटारी मैडम परमिंदर कौर प्लीज कम ऑन द स्टेज जी अमनदीप 92 अमनदीप 92 भी आऊगी सामने चेक लेके गए हैं एक जोरदार तालियां ही इन्होंने दी। सत श्री अकाल सारिआं नूं ते परमजीत कौर फतेहगढ़ तों जाणा कोई ना ते बहुत ही ज्यादा क्लोज दे फ्रेंड भी कह सकते हैं मेरी वड्डी भैण जी आ इन्हां ने साडे कैंप ते साडे विश्वास ते गुड लक नूं ज्वाइन कीता और इस विश्वास ते काम करदे रहे बहुत ही इह चक्कर मेहनती बहुत आए इन्होंने 4-5 दिनां दे विच ही अपनी मेहनत दे नाल 5000 प्रोजेक्ट कर लिया जी अगे भी मेहनत करनगे ते आने वाले समय च इन्हां तों बहुत वधिया उम्मीद आ ते खरी करूंगी। सरजीत कौर जेतो हरजिंदर सर विकास सर जीत सर इन्हों का तह दिल धन्यवाद करती हाँ।
पवन लैवल है जी 7316। मतलब कि जिम्मे जिम्मे साड़ी टीम बढ़ती जाती है, जिम्मे जिम्मे असं मेहनत करते जाने तो साड़ा इनकम भी प्लस होती जाती है। रिवार्ड देने के लिए मैसेज से बुलाना चाहूँगा मिस्टर विकास बजाज ते मिस्टर जसीर सिंह गिल साहब। थैंक यू राणा साहब, थैंक यू हरिंद्र भाजी, बहुत बहुत
अपना एक्सपीरियंस शेयर करूंगा क्योंकि जो चल रहा प्रोग्राम अलग है। मैं एज ए प्लेटिनम लैवल थोड़ी अपना एक्सपीरियंस एक मिनट के अच मैं अठवा महीना चलता पै जी गुरदा। अठ महीने पहला मैं शुरुआत की थी हरजिंदर भाजी के कहने से, मेरे बहुत अच्छे दोस्त ने, बहुत सोहने लैवल से काम करते पे ने। जिस दिन मैं शुरुआत की थी उस दिन हरजिंदर भाजी प्लेटिनम लैवल पर से जो लैवल मैं अच्छ अचीव किया तो मेरे लिए लैवल एक ड्रीम लैवल से। मैं उस दिन ड्रीम एक सुपना सोचता सी कि मेरा लैवल कदों होगा, पर सच जाने मेहनत इन्हों की गाइडेंस के नाल टीम सपोर्ट के नाल पता ही नहीं लग्या कदों हर महीने लैवल होंगे गए अज ये लैवल करके तुहाडे सारयां दे सामने है। पर अपने लैवल तो ज़्यादा खुशी मैं वो अचीवमेंट की आ जिन्हें भी अचीवर बैठे आ सारे मेरी टीम के आ। मैनू सब तो वड्डी खुशी ये आ कि मेरी वजह करके अज उन्हां लोकां तक गुरु तक पहुंची आ जिन्हां घरां दे विच शायद प्रोडक्ट की लोड़ सी, जिन्हां घरां दे विच इनकम की लोड़ सी, जो चाहते थे कोई इनकम जनरेट करना पर चाह के भी कोई हथ पता नहीं सी आउंदा, पर इत्थे उन्होंने साडे विश्वास किया, असीं नाल होके मेहनत करवाई, उन्होंने खुद मेहनत की, वो अपनी मेहनत का खटिया कर रहे हैं, असीं कुछ नहीं दे रहे, असीं जस्ट गाइड कर रहे हैं। जिस तरह मैं हरजिंदर भाजी ने गाइड किया असीं अगे टीमों को गाइड कर रहे हैं, इन्हां दी गाइडेंस दे बदौलत अज ये मैं लैवल अचीव करके तुहाडे सारयां दे सामने खड़ा है। बहुत 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 वधिया फील हो रहा। नाल इक गल है जनवरी 2023 नैक्सट लैवल मेरा गोल सैट किया हो। थैंक यू जी थोड़ा सलाह रहे जिन्होंने मैं एप्रीशिएट किया। थैंक यू स्पैशली राणा जी का, हरजिंदर भाजी का, मेरी सारी टीम का, थैंक यू सो मच। मैडम ने सिमरनजीत कौर निहाल सिंह वाला चो किस्मत के नाल बट असि घरे गए मिले कहने बहुत खुशी हुई, बहुत वधिया लगे जो घरे बैठे पता लगे कि सा प्राइज निकलिया है। पिछले ड्राफ्ट से नहीं आए, इस बार हो चल के आए हैं तो आने का एक घंटा होया एक इनाम हो रहे हैं। अपना सब तो लास्ट का जो गैस प्राइज है वह भी आप पर्ची मैं ही चकते चक दरवाजा खड़का के मुड़की खोलिया जेब चो पर्ची कट के देखने की गिनती नहीं की 12 नंबर सी सम्मान करांगे तां एक रॉयल्टी जीवर साडे रह गए तां रॉयल्टी जीवर इस मंथ दे रॉयल्टी मीन्स जिसने सब तो हाईएस्ट सेल कीती हुंदी है इस महीने दी तां मैं उन्हां नूं बुलाउणा चाहूंगा। साडे मोस्ट सीनियर पर्सन मिस्टर हरजिंदर सिंह बागा प्राणा जी ते मिस्टर विकास पुजार स्टार्ट किया गुरुदक्त
जिम्मे सारे के दिमाग गलत चल रही सेम मेरे अज तो 16 महीने पहला चल रही लोग बहुत सारिया गल कर रहे जी लोग हर काम से PhD करी बैठे हैं बस फोकस करके आपके काम से लगे है साढ़े 1600 बंदे की टीम हो चुकी है जी जिन्नी भी टीम हुई है जी पहले तो मोटरसाइकिलों से जा जाके प्लैन किए जी बसा से जा जाके प्लैन किए क्योंकि जो मैं काम की शुरुआत लाई थी इस तो पहला भी मैं थोड़ा जहा कुछ इदा का काम किया जिदे करके फादर साहब नेगेटिव से तो मोटरसाइकिल की चाबी कढ़ लेंगे भी तेरिया गड्डिया सामना जगह है कुत्ते कमाने कुछ नहीं देना है करते 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 इस काम के अब मैं 8.5 लाख रुपया कमा चुके हैं जी सिर्फ 1100 वाले काम के जो लोग बोलते पैसे इकट्ठे करते करते हैं पर मैं पहले दिन आप सब जी को एक ही गल दसना चाहना इतने बड़े सारे दोस्त कोई समान कोई ड्रॉ वास्ते इकट्ठे हो जाते हैं जी आप सोच लै लें भी आप ड्रॉ वास्ते शुरू कर लेंगे चलो माड़ी गल नहीं है ड्रॉ भी वधिया गल है क्योंकि लक भी अजमाना चाहिए फिर आ गया जी प्रोडक्ट कोई ना कोई अपने घर की सेविंग वालों कोई चीज बन जाती है जी वो भी अज की लोड़ हैगी है क्योंकि बैंक में तुम 1000 रुपया रखो तो अगले महीने 1000 के भी डायरेक्ट हो जाता कोई सेविंग नहीं हो रही आम बंद की नैक्सट है जी जी इनकम मैं 16500 ला के पहले दिन ये सोचा सी मैं बिजनेस करना जी 16500 ला के कोई काम शुरू होना जी हाँ जी बस ये सोच के करो 1100 सोच के ना करो मेरी शायद गल किसी हजम ना हो 8.5 लाख 1100 पर मैं 16 महीने हो गए काम कर दूंगी 1650 तो बाद की मेरी टीम है जी मैं कोई 2-3 महीने पहला तो नहीं ज्वाइन जो 8 प्रोडक्ट होंगे सके हूँ तो 12 प्रोडक्ट आ बड़ा सारा कुछ फर्क होता ड्रॉ भी शायद 10 बंदे से कट दिता जाता मतलब हूं तो कम करना बहुत सौखा एग्जाम्पल बहुत मैंने नेड़े तेड़े कोई जो मैं बाकी मिनट प्लैन करता कोई पुछता हूं जी इतने कोई बंदा ज्वाइन मैं कहना नहीं तुम समानसर सेखा ठट्ठी मलके बगराड़ी ढिलवा कोटपुरा फरीदकोट चंद बाजा इधर फतेहगढ़ चीरा पिंड हम बसा का काम होता जब कंडक्टर नहीं बस पिंड मौजूदा मतलब नेड़े तेड़े पिंड क्योंकि मैं खुद बाकी बनाया तो कंपनी भी कितों दूर की नहीं मोगे की है जी इस करके जिसे भी कहने पे आए हो मैं ज्यादा टाइम ना लेंगे हो सर देखो ही छोटा जहा मैसेज दिना जी आम बंद को ना एक गल नहीं पचती शायद कंपनी कुंपनी क्योंकि अपने प्यो दादे ने काम किए होंगे जी खेती दुकानदारी या नौकरी की होंगी जी आप चौथा को किता समय नहीं लगता शायद इस तरीके भी पैसे कमाए जाते हैं पेंट शर्ट पा के एवं गल् मरी जाते रहते बड़िया शायद पैसा आ जाए असल की होंगे आपके काम के कले होंगे जी अपने प्यो दादे भी शुरू तो लैके हूं तक कले काम करके चले गए उन्होंने कोई मेहनत के फर्क नहीं है उन्होंने बहुत सारी मेहनत की अपने परिवार एडे वे वे पल गए घर बार बन गए बच्चे आपको पढ़ा लिखा दिता या अपने विह हो गए पर वो एक टाइम तक काम वधिया सी टाइम के हिसाब से सब कुछ बदली हो रहा है सिर्फ आपको बदली नहीं करना चाहते पे है ता करके अपनी जिंदगी कुछ वड्डा नहीं हो रहा अज अमीर अमीर हो ही जा रहे मानते हो गल गरीब गरीब हो जा रहे आप समझ नहीं लगती कि ऐसा क्यों होता पै रहा है असल की है नवा काम कर डरते तो पुराने को छड़ते नहीं है सिर्फ एक ही त्राशदी की गल रही है तो जिदे नाल भी आए हो या जिदे को भी गुड़ लगता पता लगे जो बैठ के गलू समझोगे मैं 8 लाख जिन्ना काम नहीं किया मैं तो वारी बारी बोलता पाया कि इन्ने सारे लोग जो थोड़े को कुछ लोग आ जाएंगे या जेड़ा भी बंदा पैसे कमा रहा वो एक चीज चेक कर लो ज्यादा लोग जुड़े क्योंकि तुम जिद आए हो उन्हें तो वेरी क्लीयर कर ही देनी गलबात जो फिर भी किसी का डाउट हो गया आप बैठ के इतने क्लीयर कर सकते हैं तो जी नैक्सट है जी है इस जो महीना सीगा लास्ट सीगा तो लास्ट वीक के मैं एक बनैजा ऑफर रखा सी तो जगजीत भाजी अनाउंसमेंट करे जे परसन का नाम बोलेंगे वेरी शार्पली दौड़ के आयो लीडर आप जल्दी जल्दी माइंड अप कर लें थैंक यू तो बनैजा सीगर आप मिला के जी तो उन्होंने प्राइज देने के लिए मैं एक बार फिर राणा साहब को स्टेज पर बुलाना चाहूँगा राणा साहब हरजिंदर साहब मौजूद ही ने तो प्लीज जिन्हें भी बनैजा अचीवर साहब मैं नाम अनाउंस करूँगा जल्दी ना स्टेज पर आयो जो इतने मौजूद ने करमजीत कौर मल्ली मलियावाला तो हरदीप सिंह मैरो हरजिंदर सिंह वैदी सुखजिंदर कौर फतेहगढ़ कोटाणा सुखदीप कौर ढिलवा किरणजीत कौर बरगाड़ी भुपिंदर कौर
जगसीर सिंह गैल रावके, रीत गैल रावके, इकबाल कौर, गुरप्रीत कौर, निहाल सिंह वाला। प्लीज जिन्हें भी चिवर से मौजूद ने इकट्ठे ही स्टेज पर आ जाओ जल्दी ना। लास्ट मंथ के सारे मोटरसाइकिल चीफर उन्होंने सम्मान करके गिल साहब प्लीज जल्दी ना अपने अपने सीटा लवोंगे। लास्ट मंथ के मोटरसाइकिल विनर साढ़े मैडम सिमरनजीत कौर निवास सिंह प्लीज कम ऑन द स्टेज उन्होंने सम्मान करने के लिए होने गिल साहब जसीर सिंह गिल साहब हरजिंदर पाली विकास पाली प्लीज जल्दी ना स्टेज आओ। मैडम गुरप्रीत मैडम गुरप्रीत कौर जी निवास सिंह वाला तो टीम लीडर मिस्टर हरजिंदर सिंह बैठी साहब वालों हर बार की जाती है कि जिन्हें साडे बेस कैंप अवार्ड अचीवमेंट्स होंगे उन्होंने उन्होंने प्लान दिए जाते हैं तो जिन्हें भी अपने बेस कैंप अवार्ड अचीवमेंट्स इतने बैठे आ जल्दी ना स्टेज पर आओ। हरजिंदर सिंह बैठी साहब प्लान लेके आए हैं सारे के लिए सोहनी गल है कि अपने घर बूटे पौधे लगाने चाहिए है कि अपने सारे के लिए गिफ्ट के तौर पर पौधे लेके आए हैं आप इस ही प्रोग्राम फिनिश करेंगे जल्दी अपनी स्टेज आ जाए बेस कैंप होगा मतलब कि जिन्हें 5000 का लैब हो चुके हैं उसके ऊपर